ਇੰਡਸਟਰੀ ਦੀਆਂ ਸਭ ਤੋਂ ਤੇਜ਼ ਖਬਰਾਂ ਦੇਖਣ ਵਾਸਤੇ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ 'ਤੇ ਕਲਿੱਕ ਕਰਨਾ ਨਾ ਭੁੱਲਣਾ। ਹਾਂਜੀ, ਸਤਿ ਸ਼੍ਰੀ ਅਕਾਲ ਦੋਸਤੋ, ਸਭ ਤੋਂ ਪਹਿਲਾਂ ਤੁਹਾਡਾ ਦੇਸੀ ਤੜਕੇ ਵਿੱਚ ਬਹੁਤ ਬਹੁਤ ਸਵਾਗਤ ਹੈ। ਅੱਜ ਸੋਸ਼ਲ ਮੀਡੀਆ ਦੀ ਹੋਰ ਬਹੁਤ ਹੀ ਵੱਡੀ ਖਬਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜੀ ਹਾਂ ਦੋਸਤੋ, ਇਹ ਵੱਡੀ ਖਬਰ ਬੱਬੂ ਮਾਨ ਦੇ ਨਾਮ ਨੂੰ ਯੂਜ਼ ਕਰਕੇ, ਬੱਬੂ ਮਾਨ ਦੇ ਨਾਮ ਨੂੰ ਬਦਨਾਮ ਕਰਨ ਵਾਸਤੇ ਵੀਡੀਓ ਵਾਇਰਲ ਕੀਤੀ ਗਈ ਸੀ। ਇਹ ਵੀਡੀਓ ਨੂੰ ਵਾਇਰਲ ਕਰਨ ਵਾਲਾ ਕੋਈ ਅਣਜਾਣ ਸ਼ਖਤ ਨੇ ਆਪਣੀ ਵੀਡੀਓ ਵਿੱਚ ਲਾਈਵ ਹੋ ਕੇ ਕਿਹਾ ਕਿ ਬੱਬੂ ਮਾਨ ਨਾਲ 50 ਲੱਖ ਦੀ ਠੱਗੀ ਹੋ ਚੁੱਕੀ ਹੈ। ਜੀ ਹਾਂ ਦੋਸਤੋ, ਬੱਬੂ ਮਾਨ ਨਾਲ 50 ਲੱਖ ਦੀ ਠੱਗੀ ਤੋਂ ਬਾਅਦ ਇਸਨੇ ਇਹ ਵੀ ਖੁਲਾਸਾ ਕੀਤਾ ਕਿ ਬੱਬੂ ਮਾਨ ਦੀ ਫਿਲਮ ਨੂੰ 5 ਬੰਦੇ ਪ੍ਰੋਡਿਊਸ ਕਰ ਰਹੇ ਸੀ ਅਤੇ ਇਸ ਵਿੱਚ 4 ਪ੍ਰੋਡਿਊਸਰ ਭੱਜ ਗਏ ਨੇ ਅਤੇ 1 ਪ੍ਰੋਡਿਊਸਰ ਨੂੰ ਹੋਟਲ ਵਿੱਚ ਰੱਖਿਆ ਹੋਇਆ ਜਿਸ ਨੂੰ 11 ਵਜੇ ਦਾ ਟਾਈਮ ਦਿੱਤਾ ਅਤੇ ਇਸ ਤੋਂ ਬਾਅਦ ਇਸ ਵੀਡੀਓ ਨੂੰ ਦੇਖ ਕੇ ਸੋਸ਼ਲ ਮੀਡੀਆ 'ਤੇ ਹਲਚਲ ਮੱਚ ਗਈ। ਇਸ ਬੇਨਾਮੀ ਬੰਦੇ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਹੋਣ ਲੱਗ ਪਈ। ਇਸ ਬੇਨਾਮੀ ਬੰਦੇ ਦਾ ਪਤਾ ਲੱਗਿਆ ਅਤੇ ਇਸ ਬੇਨਾਮੀ ਬੰਦੇ ਵੱਲੋਂ ਖੁਲਾਸਾ ਕੀਤਾ ਗਿਆ ਕਿ ਇਸ ਬੰਦੇ ਨੂੰ ਕਿਸੇ ਨੇ ਮਿਸਗਾਈਡ ਕੀਤਾ ਸੀ ਅਤੇ ਇਸ ਬੰਦੇ ਨੂੰ ਕਿਸੇ ਨੇ ਡੀਫੇਮ ਕਰਨ ਵਾਸਤੇ ਇਹ ਵੀਡੀਓ ਬਣਾਈ ਸੀ। ਅਤੇ ਇਸ ਖਬਰ ਦਾ ਖੁਲਾਸਾ ਰਾਣਾ ਆਲੂਵਾਲੀਆ, ਜੋ ਕਿ ਇਸ ਫਿਲਮ ਨੂੰ ਪ੍ਰੋਡਿਊਸ ਕਰਦੇ ਨੇ ਅਤੇ ਪਹਿਲਾਂ ਵੀ ਬੱਬੂ ਮਾਨ ਦੀਆਂ ਫਿਲਮਾਂ 'ਤੇ ਇਨਵੈਸਟ ਕਰਦੇ ਨੇ, ਉਹਨਾਂ ਵੱਲੋਂ ਕੀਤਾ ਗਿਆ ਅਤੇ ਇਹਨਾਂ ਦੀ ਪੂਰੀ ਜਾਂਚ ਪੜਤਾਲ, ਇਹਨਾਂ ਦੀ ਪੂਰੀ ਖਬਰ ਇੱਕ ਵੱਡੇ ਨਾਮੀ ਪੇਜ, ਜੋ ਕਿ ਬੱਬੂ ਮਾਨ ਲਾਈਵ ਕੱਟੜ ਫੈਨਸ ਵੱਲੋਂ ਕੀਤੀ ਗਈ ਹੈ। ਉਹਨਾਂ ਨੇ ਸਾਫ਼ ਸਾਫ਼ ਪੋਸਟ ਵਿੱਚ ਲਿਖਿਆ ਅਤੇ ਜਿੱਦਾਂ ਕਿ ਤੁਸੀਂ ਸਕਰੀਨਸ਼ਾਟ ਪੋਸਟ ਵਿੱਚ ਦੇਖ ਹੀ ਸਕਦੇ ਹੋ ਕਿ ਕਿੱਦਾਂ ਉਹਨਾਂ ਨੇ ਲਿਖਿਆ ਕਿ ਇਹ ਖਬਰ 'ਤੇ ਬਿਲਕੁਲ ਵੀ ਯਕੀਨ ਨਾ ਕੀਤਾ ਜਾਵੇ, ਸਰੇਆਮ ਫੇਕ ਨਿਊਜ਼ ਹੈ ਅਤੇ ਅਸੀਂ ਸਾਰੀ ਗੱਲਬਾਤ ਕਰ ਚੁੱਕੇ ਹਾਂ ਅਤੇ ਮੈਂ ਸਾਰੇ ਦਰਸ਼ਕ ਵੀਰਾਂ ਦਾ ਧੰਨਵਾਦ ਕਰਨਾ ਚਾਹੁੰਦਾ। ਬੱਬੂ ਮਾਨ ਜੀ ਨੂੰ ਇੰਨਾ ਜ਼ਿਆਦਾ ਪਿਆਰ ਕੀਤਾ ਅਤੇ ਹੁਣ ਆਪਣਾ ਸਭ ਦਾ ਫਰਜ਼ ਬਣਦਾ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੀ। ਇੱਕ ਕਮੈਂਟ ਵਿੱਚ ਲਿਖਦੇ ਆ, ਬੱਬੂ ਮਾਨ ਹਮੇਸ਼ਾ ਜਿੰਦਾਬਾਦ ਹੈ ਅਤੇ ਜਿੰਦਾਬਾਦ ਰਹੇਗਾ, ਤਾਂ ਜੋ ਹੇਟਰਸ ਨੂੰ ਪਤਾ ਲੱਗ ਸਕੇ ਕਿ ਬੱਬੂ ਮਾਨ ਦਾ ਕਾਫਲਾ ਬਹੁਤ ਹੀ ਜ਼ਿਆਦਾ ਵੱਡਾ। ਜਲਦੀ ਮਿਲਾਂਗੇ ਹੋਰ ਨਵੀਂ ਵੀਡੀਓਜ਼ ਅਤੇ ਹੋਰ ਨਵੇਂ ਅਪਡੇਟਸ ਨਾਲ। ਤੁਸੀਂ ਦੇਖ ਰਹੇ ਹੋ ਦੇਸੀ ਤੜਕਾ। ਧੰਨਵਾਦ।